ਹਾਂਜੀ, ਕੀ ਹਾਲ ਚਾਲ ਆ ਤੁਹਾਡਾ? ਸਾਰਾ ਤਾਂ ਉਮੀਦ ਕਰਦਾ ਸਾਰੇ ਠੀਕ ਹੋਵੋਗੇ। ਹੁਣ ਤੁਸੀਂ ਆਖਰੀ ਦਿਨਾਂ 'ਚ ਖਬਰਾਂ ਅਤੇ ਨਿਊਜ਼ 'ਤੇ ਆ ਸਬਮਰੀਨ ਦੀ ਪਿਕਚਰ ਪੱਕਾ ਦੇਖੀ ਹੋਊਗੀ। ਇਹਨੂੰ ਕਹਿੰਦੇ ਨੇ ਟਾਈਟਨ ਸਬਮਰੀਨ, ਅਤੇ ਇਹ ਇੱਕ ਟ੍ਰਿਪ 'ਤੇ ਚੱਲੀ ਸੀ ਟਾਈਟੈਨਿਕ ਨੂੰ ਦੇਖਣ। ਟਾਈਟੈਨਿਕ ਸ਼ਿਪ ਜਿਹੜੀ ਕਿੰਨੇ ਸਾਲ ਪਹਿਲਾਂ ਡੁੱਬੀ ਸੀਗੀ, ਅਤੇ ਕਹਿੰਦੇ ਟ੍ਰਿਪ ਜੇ ਤੁਸੀਂ ਕਰਨਾ ਸੀਗਾ ਇਹਦੀ ਕੀਮਤ $2.5 ਲੱਖ ਸੀਗੀ। ਤੁਹਾਨੂੰ $2.5 ਲੱਖ ਪੇ ਕਰਨਾ ਪੈਣਾ ਸੀ ਟਾਈਟੈਨਿਕ ਦੇਖਣ ਜਾਣ ਨੂੰ। ਅਤੇ ਕਹਿੰਦੇ ਅਪਰੋਕਸੀਮੇਟਲੀ 8 ਘੰਟਿਆਂ ਦਾ ਟ੍ਰਿਪ ਸੀਗਾ, ਅਤੇ 18 ਜੂਨ ਨੂੰ ਜਦੋਂ ਇਹ ਸਾਰਾ ਟ੍ਰਿਪ ਸ਼ੁਰੂ ਹੋਇਆ, ਕਹਿੰਦੇ ਐਗਜੈਕਟਲੀ 1 ਘੰਟਾ 45 ਮਿੰਟ ਬਾਅਦ ਸਬਮਰੀਨ ਦਾ ਸਾਰਾ ਕੋਂਟੈਕਟ ਟੁੱਟ ਗਿਆ ਬਾਹਰਲੀ ਦੁਨੀਆ ਨਾਲ। ਸੋ ਸਬਮਰੀਨ ਨਾਲ ਕੋਈ ਉਹਨਾਂ ਨਾਲ ਕੁਨੈਕਸ਼ਨ ਨਹੀਂ ਰਿਹਾ, ਹੈ ਨਾ, ਉਹਨਾਂ ਨਾਲ ਕੋਂਟੈਕਟ ਨਹੀਂ ਕਰ ਸਕਦੇ ਸੀ। ਅਤੇ ਓਬਵੀਅਸਲੀ US ਕੋਸਟ ਗਾਰਡ ਨੂੰ ਇਹ ਚੀਜ਼ ਬਾਰੇ ਵਾਰਨ ਕੀਤਾ ਗਿਆ, ਅਤੇ ਉਹਨਾਂ ਨੇ ਫਿਰ ਉਹਨਾਂ ਨੂੰ ਲੱਭਣਾ ਸ਼ੁਰੂ ਕੀਤਾ। ਸੋ ਪਹਿਲੇ ਦਿਨ ਤਾਂ ਕਹਿੰਦੇ ਕਾਫੀ ਉਮੀਦ ਸੀਗੀ ਵੀ ਸਬਮਰੀਨ ਲੱਭ ਜੂਗੀ, ਕਿਉਂਕਿ ਉਹ ਸਬਮਰੀਨ ਵਿੱਚ 96 ਆਵਰਸ ਆਫ ਆਕਸੀਜਨ ਸੀਗੀ। ਸੋ ਕਹਿੰਦੇ 96 ਘੰਟੇ ਉਹਦੇ ਵਿੱਚ ਆਕਸੀਜਨ ਹੈਗੀ ਸੀ। ਪਹਿਲੇ ਦਿਨ ਉਹਨਾਂ ਨੂੰ ਆਏ ਕਾਫੀ ਉਮੀਦ ਸੀਗੀ, ਹੈ ਨਾ, ਉਹ ਪੋਜ਼ਿਟਿਵ ਸੀਗੇ ਵੀ ਅਜੇ 2-3 ਦਿਨ ਉਹ ਬੰਦੇ ਆਰਾਮ ਨਾਲ ਸਰਵਾਈਵ ਕਰ ਜਾਣਗੇ ਵੀ ਲੱਭ ਲਾਂਗੇ। ਪਰ ਸੈਡਲੀ 4 ਦਿਨ ਪੂਰੇ ਹੋ ਚੁੱਕੇ ਨੇ, ਅਤੇ ਕੱਲ੍ਹ ਹੀ ਰਿਪੋਰਟ ਆਈ ਸੀਗੀ ਵੀ ਉਹ ਜਿੰਨਾ ਵੀ ਕਰੂ ਮੈਂਬਰ ਸੀ ਸਾਰੇ ਡੈਡ ਡਿਕਲੇਅਰ ਕੀਤੇ ਗਏ। ਅਤੇ ਉਹਦੇ ਵਿੱਚ ਸਬਮਰੀਨ ਦੀ ਕੈਬਿਨ ਮੈਂ ਤੁਹਾਨੂੰ ਦਿਖਾ ਦਿੰਦਾ, ਮੈਂ ਨਾਲ ਦੇ ਨਾਲ ਪਿਕਚਰ ਪਾਈ ਜਾਂਦਾ। ਸਬਮਰੀਨ ਦੀ ਕੈਬਿਨ ਐਡੀ ਕੁ ਸੀਗੀ ਵੀ ਉਹ 'ਚ 5 ਬੰਦੇ ਫਿੱਟ ਹੋ ਸਕਦੇ ਸੀ ਪੂਰੇ ਪੂਰੇ, ਠੀਕ ਆ, ਪੂਰੀ ਪੂਰੀ ਸਪੇਸ ਸੀਗੀ। ਉਹ ਵੀ ਉਹਨਾਂ ਨੂੰ ਥੱਲੇ ਭੁੰਜੇ ਬਹਿਣਾ ਪੈਣਾ ਸੀਗਾ। ਲੈਕ ਆਫ ਟੈਸਟਿੰਗ ਬਹੁਤ ਸੀਗੀ ਇਸ ਚੀਜ਼ ਵਿੱਚ, ਠੀਕ ਹੈ। ਸਬਮਰੀਨ ਜੋ ਬਣਾਈ ਗਈ ਸੀ ਜਦੋਂ ਉਹਨੇ ਇੰਨੀ ਡੂੰਘਾਈ ਵਿੱਚ ਜਾਣਾ ਸੀਗਾ, ਇੰਨੀ ਟੈਸਟਿੰਗ ਕੀਤੀ ਨਹੀਂ ਗਈ ਸੀ, ਤਾਂ ਕਰਕੇ ਜਿੰਨੇ ਵੀ ਕਰਿਊ ਮੈਂਬਰ ਸੀਗੇ ਉਹਨਾਂ ਸਾਰਿਆਂ ਤੋਂ ਸਾਈਨ ਕਰਵਾਇਆ ਗਿਆ ਸੀ। ਜਿਵੇਂ ਹੁਣ ਇੱਕ ਹੋਸਪਿਟਲ ਵਿੱਚ ਕੋਈ ਵੱਡਾ ਆਪਰੇਸ਼ਨ ਕਰਨਾ ਹੁੰਦਾ, ਡਾਕਟਰ ਪੇਸ਼ੈਂਟ ਤੋਂ ਸਾਈਨ ਨਹੀਂ ਕਰਵਾਉਂਦੇ ਹੁੰਦੇ ਵੀ ਜੇ ਕੁਛ ਗਲਤ ਹੋ ਗਿਆ ਤੇਰੀ ਜ਼ਿੰਦਗੀ ਜਾ ਸਕਦੀ ਹੈ ਇਹ ਚੀਜ਼ ਵਿੱਚ। ਅਤੇ ਇਸੇ ਤਰ੍ਹਾਂ ਹੀ ਕਰਿਊ ਮੈਂਬਰ ਜਿੰਨੇ ਵੀ ਸੀ ਜਿਨ੍ਹਾਂ ਨੇ ਟਾਈਟੈਨਿਕ ਦਾ ਟ੍ਰਿਪ ਕਰਨ ਜਾਣਾ ਸੀਗਾ, ਉਹਨਾਂ ਸਾਰਿਆਂ ਤੋਂ ਸਾਈਨ ਕਰਵਾਇਆ ਗਿਆ ਸੀ ਕਿ ਇਹ ਚੀਜ਼ ਰਿਸਕੀ ਵੀ ਹੋ ਸਕਦੀ ਆ, ਜੇ ਕੋਈ ਗੜਬੜ ਹੋ ਗਈ ਅਸੀਂ ਰਿਸਪੋਂਸੀਬਲ ਨਹੀਂ ਹੈਗੇ, ਤੁਸੀਂ ਇਹ ਖੁਦ ਆਪਦੀ ਮਰਜ਼ੀ ਨਾਲ ਕਰ ਰਹੇ ਹੋ। ਬੰਦੇ $2.5 ਲੱਖ ਵੀ ਦਿੱਤਾ ਅਤੇ ਬੰਦੇ ਦੀ ਜਾਨ ਵੀ ਗਈ। ਸੋ ਮੈਂ ਕਾਫੀ ਇਹ ਚੀਜ਼ ਬਾਰੇ ਰਿਸਰਚ ਕੀਤਾ, ਹੈ ਨਾ, ਕਿਉਂਕਿ ਓਬਵੀਅਸਲੀ ਮੈਂ ਕੁਛ ਗਲਤ ਨਹੀਂ ਕਹਿਣਾ ਚਾਹੁੰਦਾ ਸੀ ਇਸ ਬਾਰੇ, ਮੈਂ ਪ੍ਰੋਪਰ ਜਿਹੜੇ ਫੈਕਟ ਨੇ ਉਹੀ ਦੱਸਣਾ ਚਾਹੁੰਦਾ। ਅਤੇ ਅੱਜ ਹੀ ਇੱਕ ਸਟੇਟਮੈਂਟ ਆਈ ਸੀਗੀ US ਕੋਸਟ ਗਾਰਡ ਵੱਲੋਂ, ਅਤੇ ਉਹਨਾਂ ਨੇ ਰੀਜ਼ਨ ਦਿੱਤਾ ਵੀ ਸਬਮਰੀਨ ਨਾਲ ਹੋਇਆ ਕੀ ਸੀਗਾ, ਕਿਉਂਕਿ ਕਹਿੰਦੇ ਉਹ ਸਬਮਰੀਨ ਵਿੱਚ ਇੱਦਾਂ ਦਾ ਸਿਸਟਮ ਸੀ, ਉਹ ਇੱਦਾਂ ਡਿਜ਼ਾਇਨ ਕੀਤੀ ਗਈ ਸੀ ਵੀ ਜੇ ਕੋਈ ਵੀ ਗੜਬੜ ਹੋ ਜੇ, ਹੈ ਨਾ, ਜਾਂ ਕੋਈ ਪ੍ਰੋਬਲਮ ਆ ਜੇ, ਉਹਨੇ ਖੁਦ ਆਪਣੇ ਆਪ ਉੱਤੇ ਸਰਫੇਸ 'ਤੇ ਆ ਜਾਣਾ। ਪਰ ਉਹ ਕਦੇ ਆਏ ਨਹੀਂ ਗਏ। ਪਹਿਲਾਂ ਤਾਂ ਉਹਨਾਂ ਨੇ ਕਾਫੀ ਆਈਡੀਆਜ਼ ਲਾਏ, ਹੈ ਨਾ, ਵੀ ਮੇ ਬੀ ਉਹ ਕਿਤੇ ਸਟੱਕ ਹੋ ਗਈ ਹੋਊਗੀ, ਹੈ ਨਾ, ਜਾਂ ਉਹ ਇੰਨੀ ਡੂੰਘਾਈ ਵਿੱਚ ਚੱਲ ਗਈ ਵੀ ਉੱਤੇ ਉਹ ਆ ਹੀ ਨਹੀਂ ਸਕੇ ਜਾਂ ਖੋ ਗਏ ਕਿਤੇ। ਪਰ ਅੱਜ ਸਟੇਟਮੈਂਟ ਆਈ ਸੀਗੀ, ਅਤੇ ਉਹਨਾਂ ਨੇ ਸਟੇਟਮੈਂਟ ਵਿੱਚ ਕਿਹਾ ਕਿ ਕੈਟਾਸਟ੍ਰੋਫਿਕ ਇੰਪਲੋਜ਼ਨ ਆਫ ਦ ਵੈਸਲ। ਕੈਟਾਸਟ੍ਰੋਫਿਕ ਇੰਪਲੋਜ਼ਨ, ਹੁਣ ਇੰਪਲੋਜ਼ਨ ਕੀ ਹੁੰਦਾ ਮੈਂ ਤੁਹਾਨੂੰ ਬਹੁਤ ਸਿੰਪਲ ਐਗਜ਼ਾਮਪਲ ਨਾਲ ਸਮਝਾਉਂਦਾ ਇਹ ਚੀਜ਼। ਇਸ ਐਗਜ਼ਾਮਪਲ ਲਈ ਆਪਾਂ ਇੱਕ ਇਹ ਖਾਲੀ ਪਾਣੀ ਦੀ ਬੋਤਲ ਵਰਤਦੇ ਹਾਂ। ਸੋ ਤੁਸੀਂ ਇਮੈਜਿਨ ਕਰੋ ਆਹ ਸਬਮਰੀਨ ਆ, ਹੈ ਨਾ, ਸੋ ਹਰੇਕ ਚੀਜ਼ ਵਿੱਚ ਪ੍ਰੈਸ਼ਰ ਹੁੰਦਾ। ਸਬਮਰੀਨ ਦੇ ਕੈਬਿਨ ਦੇ ਅੰਦਰ ਲੋ ਪ੍ਰੈਸ਼ਰ ਆ, ਪਰ ਜੋ ਤੁਸੀਂ ਪਾਣੀ ਦੇ ਥੱਲੇ ਜਾਓਗੇ, ਸਪੈਸ਼ਲੀ ਸਮੁੰਦਰ ਦੇ ਥੱਲੇ ਜਾਓਗੇ, ਉਦੋਂ ਪ੍ਰੈਸ਼ਰ ਵੱਧਦਾ ਜਾਂਦਾ। ਅਤੇ ਕਹਿੰਦੇ ਜਿੰਨਾ ਜ਼ਿਆਦਾ ਥੱਲੇ ਜਾਈ ਜਾਓਗੇ, ਸਮੁੰਦਰ ਦੀ ਜਿੰਨੀ ਡੂੰਘਾਈ 'ਚ ਜਾਓਗੇ, ਉਨਾ ਜ਼ਿਆਦਾ ਪ੍ਰੈਸ਼ਰ ਵੀ ਵੱਧਦਾ ਜਾਂਦਾ। ਅਤੇ ਕਹਿੰਦੇ ਜਿੰਨਾ ਜ਼ਿਆਦਾ ਪ੍ਰੈਸ਼ਰ ਹੋਊਗਾ, ਉਨਾ ਜ਼ਿਆਦਾ ਉਹ ਪ੍ਰੈਸ਼ਰ ਤੁਹਾਨੂੰ ਥੱਲੇ ਖਿੱਚੂਗਾ, ਠੀਕ ਹੈ। ਸੋ ਸਿਸਟਮ ਇੱਦਾਂ ਹੁੰਦਾ ਕਿ ਸਬਮਰੀਨ ਵਿੱਚ ਲੋ ਪ੍ਰੈਸ਼ਰ ਹੁੰਦਾ ਅਤੇ ਪਾਣੀ ਦੇ ਥੱਲੇ ਹਾਈ ਪ੍ਰੈਸ਼ਰ ਹੁੰਦਾ, ਠੀਕ ਹੈ, ਜਿੱਦਾਂ ਕਿ ਆਪਾਂ ਹੁਣੇ ਕਿਹਾ। ਅਤੇ ਕਹਿੰਦੇ ਆ ਸਬਮਰੀਨ ਵਿੱਚ ਜੇ ਥੋੜ੍ਹੀ ਜਿਹੀ ਵੀ ਕੋਈ ਪੰਕਚਰ ਜਾਂ ਥੋੜ੍ਹਾ ਜਿਹਾ ਵੀ ਇੱਕ ਨਿੱਕਾ ਜਿਹਾ ਵੀ ਹੋਲ ਆ, ਤਾਂ ਉਹਨੇ ਆਪਦੇ ਆਪ ਵਿੱਚ ਕੰਡੈਂਸ ਹੋ ਜਾਣਾ। ਇਹ ਸੇਮ ਚੀਜ਼ ਕਹਿੰਦੇ ਉਹ ਸਬਮਰੀਨ ਨਾਲ ਹੋਈ ਆ, ਅਤੇ ਮੈਂ ਨਾਲ ਇੱਕ ਵੀਡੀਓ ਵੀ ਅਟੈਚ ਕੀਤੀ ਆ, ਤੁਸੀਂ ਦੇਖ ਸਕਦੇ ਹੋ ਵੀ ਇੰਪਲੋਜ਼ਨ ਜਦੋਂ ਹੁੰਦਾ ਕੋਈ ਸਬਮਰੀਨ ਨਾਲ, ਕੋਈ ਬੋਟ ਕਿਸ਼ਤੀ ਨਾਲ ਪਾਣੀ ਦੇ ਥੱਲੇ, ਉਹ ਕਿੱਦਾਂ ਦਾ ਹੁੰਦਾ। ਅਤੇ ਕਹਿੰਦੇ 1 ਸੈਕਿੰਡ ਦੇ ਅੰਦਰ ਵਿੱਚ ਸਾਰਾ ਕੁਝ ਕੰਡੈਂਸ ਹੋ ਜਾਂਦਾ। ਸੋ ਕਹਿੰਦੇ ਪ੍ਰੋਬਬਲੀ ਜਿੰਨੇ ਕਰਿਊ ਮੈਂਬਰ ਸੀਗੇ ਉਹਦੇ ਵਿੱਚ, ਉਹਨਾਂ ਨੂੰ ਤਾਂ ਪਤਾ ਵੀ ਨਹੀਂ ਲੱਗਿਆ ਹੋਣਾ ਵੀ ਹੋਇਆ ਕੀ ਆ। ਅਤੇ ਕਹਿੰਦੇ ਰਾਈਟ ਅਵੇ ਬੰਦੇ ਦੀ ਮੌਤ ਹੋ ਜਾਂਦੀ ਆ, ਕਿਉਂਕਿ 1 ਸੈਕਿੰਡ ਦੇ ਅੰਦਰ ਵਿੱਚ ਹੀ ਉਹ ਸਾਰਾ ਕੁਝ ਹੋ ਜਾਂਦਾ। ਸੋ ਇਹ ਹੈ ਤਾਂ ਖਬਰ, ਬਹੁਤ ਸੈਡ ਖਬਰ ਆ, ਹੈ ਨਾ, ਕਾਫੀ ਲੋਕ ਪਰ ਇਹ ਚੀਜ਼ ਦਾ ਮਜ਼ਾਕ ਬਣਾਉਂਦੇ ਨੇ ਇੰਟਰਨੈਟ 'ਤੇ। ਇੱਦਾਂ ਬਿਲਕੁਲ ਕਰਨਾ ਨਹੀਂ ਚਾਹੀਦਾ, ਕਿਉਂਕਿ 5 ਬੰਦਿਆਂ ਦੀ ਜ਼ਿੰਦਗੀ ਗਈ ਆ। ਹੁਣ ਇਹ ਚੀਜ਼ ਨੂੰ ਲੋਕ ਟਾਈਟੈਨਿਕ ਨਾਲ ਵੀ ਕੰਪੇਅਰ ਕਰਦੇ ਨੇ, ਕਿਉਂਕਿ ਓਬਵੀਅਸਲੀ ਸਬਮਰੀਨ ਵਾਲੇ ਵੀ ਟਾਈਟੈਨਿਕ ਨੂੰ ਕਹਿੰਦੇ ਦੇਖਣ ਗਏ ਸੀ, ਅਤੇ ਉਹਨਾਂ ਦਾ ਸੇਮ ਚੀਜ਼ ਹੋਈ, ਟਾਈਟੈਨਿਕ ਵੀ ਡੁੱਬ ਗਈ ਸੀ, ਉਹ ਵੀ ਪਾਣੀ ਥੱਲੇ ਆ ਗਏ, ਕਦੇ ਉੱਤੇ ਨਹੀਂ ਆਏ ਸਬਮਰੀਨ। ਸੋ ਕਹਿੰਦੇ ਟਾਈਟੈਨਿਕ ਜਦੋਂ ਬਣਾਈ ਗਈ ਸੀ, ਕਿਹਾ ਜਾਂਦਾ ਸੀ ਕਿ ਇਹ ਸ਼ਿਪ ਕਦੇ ਡੁੱਬ ਨਹੀਂ ਸਕਦੀ,
ਉਹ ਪੂਰੇ ਇੰਨੇ ਕੌਨਫੀਡੈਂਸ ਨਾਲ ਕਹਿੰਦੇ ਸੀ ਵੀ ਇਹ ਸਵਾਲ ਹੀ ਨਹੀਂ ਪੈਦਾ ਹੁੰਦਾ। ਅਤੇ ਕਹਿੰਦੇ ਸੀ ਇਹ ਦੁਨੀਆ 'ਚ ਸਭ ਨੂੰ ਬੜੀ ਅਤੇ ਸਭ ਨੂੰ ਤੇਜ਼ ਸ਼ਿਪ ਆ। ਅਤੇ ਟਾਈਟੈਨਿਕ ਵੀ ਜਦੋਂ ਆਪਦੀ ਜਰਨੀ 'ਤੇ ਜਾ ਰਹੀ ਸੀਗੀ, ਟਾਈਟੈਨਿਕ ਦੇ ਕੈਪਟਨ ਨੂੰ ਕਾਫੀ ਵਾਰ ਵਾਰਨ ਕੀਤਾ ਗਿਆ ਸੀ, ਕਹਿੰਦੇ ਵੀ ਆਈਸਬਰਗ ਆ ਸਾਹਮਣੇ, ਪਰ ਕਹਿੰਦੇ ਉਹਨੇ ਵਾਰਨਿੰਗ ਇਗਨੋਰ ਕੀਤੀ ਕਿਉਂਕਿ ਉਹ ਰੈਕੋਰਡ ਸੈੱਟ ਕਰਨਾ ਚਾਹੁੰਦੇ ਸੀ ਵੀ ਦੁਨੀਆ 'ਚ ਸਭ ਨੂੰ ਤੇਜ਼ ਸ਼ਿਪ ਆ। ਅਤੇ ਉਹ ਚੀਜ਼ ਉਹਨਾਂ ਨੇ ਇਗਨੋਰ ਕੀਤੀ, ਟਾਈਟੈਨਿਕ ਸਿੰਕ ਹੋ ਗਈ। ਅਤੇ ਸੇਮ ਕਹਿੰਦੇ ਇਹ ਸਬਮਰੀਨ ਦੇ ਕੈਪਟਨ ਨੂੰ ਵੀ ਕਾਫੀ ਵਾਰ ਵਾਰਨ ਕੀਤਾ ਗਿਆ ਸੀ ਵੀ ਲੈਕ ਆਫ ਟੈਸਟਿੰਗ ਆ, ਵੀ ਇੰਨੀ ਹਜੇ ਟੈਸਟਿੰਗ ਕੀਤੀ ਨਹੀਂ ਗਈ, ਤੂੰ ਸ਼ੋਰ ਆ ਵੀ ਇਹ ਤੂੰ ਚੀਜ਼ ਕਰਨਾ ਚਾਹੁੰਦਾ? ਉਹ ਕਹਿੰਦਾ ਹਾਂ ਮੈਂ ਕਰਨਾ ਚਾਹੁੰਦਾ, ਤਾਂ ਕਰਕੇ ਸੇਮ ਚੀਜ਼ ਇਹਦੇ ਨਾਲ ਹੋਈ। ਹੁਣ ਉਹ ਸਿਸਟਮ, ਹੁਣ ਮਸ਼ੀਨਰੀ ਵਿੱਚ ਪ੍ਰੋਬਲਮ ਆ ਸਕਦੀਆਂ ਨੇ, ਹੈ ਨਾ, ਪਰ ਬੰਦੇ ਨੂੰ ਕੋਈ ਐਡਾ ਬੜਾ ਰਿਸਕ ਲੈਣ ਤੋਂ ਪਹਿਲਾਂ ਨਾਲ ਹੋਰ ਬੰਦੇ ਹੋਣ, 5 ਜ਼ਿੰਦਗੀਆਂ ਲੈ ਕੇ ਜਾ ਰਿਹਾ ਇਨਸਾਨ ਥੱਲੇ, ਹੈ ਨਾ, ਕੈਪਟਨ ਜਿਹੜਾ ਸੀਗਾ, ਐਡੀ ਬੜੀ ਚੀਜ਼ ਕਰਨ ਤੋਂ ਪਹਿਲਾਂ ਓਬਵੀਅਸਲੀ ਟੈਸਟਿੰਗ ਉਹ ਚੀਜ਼ 'ਤੇ ਕਰਨੀ ਚਾਹੀਦੀ ਸੀਗੀ। ਅਤੇ ਬਾਕੀ ਜੋ ਟਾਈਟੈਨਿਕ ਆ, ਇਹਨਾਂ ਨੇ ਉਹਨੂੰ ਇੱਕ ਤਰ੍ਹਾਂ ਦਾ ਟੂਰਿਸਟ ਡੈਸਟੀਨੇਸ਼ਨ ਬਣਾ ਲਿਆ। ਟਾਈਟੈਨਿਕ ਇੱਕ ਤਰ੍ਹਾਂ ਦੀ ਹੁਣ ਗ੍ਰੇਵਯਾਰਡ ਆ, ਬਹੁਤ ਸਾਰੇ ਲੋਕਾਂ ਦੀ ਉਹ ਸ਼ਿਪ ਵਿੱਚ ਜਾਣ ਗਈ ਆ, ਉਹ ਕੋਈ ਟੂਰਿਸਟ ਡੈਸਟੀਨੇਸ਼ਨ ਨਹੀਂ ਵੀ ਬੰਦਾ ਆਏ ਉਹ ਚੀਜ਼ ਦੇਖਣ ਜਾਂਦਾ, ਉਹ ਘੁੰਮਣ ਜਾਂਦਾ, ਹੈ ਨਾ। ਅਤੇ ਤਾਂ ਕਰਕੇ ਜਿਹੜੇ ਲੋਕ ਮਰੇ ਨੇ ਉਹਨਾਂ ਦੀ ਰਿਸਪੈਕਟ ਕਰੋ ਅਤੇ ਕੁਦਰਤ ਦੀ ਵੀ ਰਿਸਪੈਕਟ ਕਰੋ, ਠੀਕ ਹੈ। ਆਹ ਲੈਵਲ ਇੰਨੀ ਡੂੰਘਾਈ ਤੱਕ ਜਾਣਾ, ਹਜੇ ਬੰਦਾ ਇੰਨੀ ਡੂੰਘਾਈ ਤੱਕ ਜਾ ਨਹੀਂ ਸਕਦਾ, ਹੈ ਨਾ, ਪ੍ਰੋਪਰ ਸਿਸਟਮ ਹਜੇ ਬਣਾਇਆ ਨਹੀਂ ਗਿਆ, ਤਾਂ ਰਿਸਕ ਲੈਣਾ ਚਾਹੀਦਾ ਨੀਗਾ ਸਮੁੰਦਰ ਵਿੱਚ ਜਾਣ ਨੂੰ। ਅਤੇ ਹੁਣ ਕਾਫੀ ਰਿਸਰਚਾਂ ਚੱਲ ਰਹੀਆਂ ਨੇ, ਸੋ US ਕੋਸਟ ਗਾਰਡ ਨੇ ਆਪਦੇ ਜਿੰਨੇ ਵੀ ਰੋਬੋਟ ਸਬਮਰੀਨ ਸੀ ਉਹ ਛੱਡੇ ਹੋਏ ਨੇ, ਹੈ ਨਾ, ਵੀ ਉਹ ਸਬਮਰੀਨ ਮਿਲ ਜੇ। ਬੋਡੀਜ਼ ਤਾਂ ਓਬਵੀਅਸਲੀ ਮਿਲੇ ਨਹੀਂ, ਕਹਿੰਦੇ ਸਬਮਰੀਨ ਦਾ ਪਿਛਲਾ ਹਿੱਸਾ ਮਿਲ ਗਿਆ ਉਹਨਾਂ ਨੂੰ 1600 ਮੀਟਰ ਥੱਲੇ ਜਾ ਕੇ, ਅਤੇ ਬਾਕੀ ਹਜੇ ਫੁੱਲ ਉਹਦੇ ਫੁੱਲ ਜਿਹੜਾ ਬੋਡੀ ਪਾਰਟ ਆ ਉਹ ਵੀ ਨਹੀਂ ਮਿਲਿਆ, ਅਤੇ ਬੰਦੇ ਜਿਹੜੇ ਨੇ ਉਹਨਾਂ ਬਾਰੇ ਵੀ ਨਹੀਂ ਕੁਛ ਪਤਾ ਵੀ ਹੋਣਗੇ ਕਿੱਥੇ। ਹੋਪ ਕਰਦੇ ਹਾਂ ਫੈਮਿਲੀਜ਼ ਸਟਰੋਂਗ ਰਹਿਣ ਇਹਨਾਂ ਸਾਰਿਆਂ ਦੇ। ਅਤੇ ਅੱਜ ਦੀ ਵੀਡੀਓ ਇੱਥੇ ਹੀ ਸੀਗੀ, ਅਤੇ ਜੇ ਤੁਹਾਨੂੰ ਵੀਡੀਓ ਪਸੰਦ ਆਈ ਲਾਈਕ ਸ਼ੇਅਰ ਕਮੈਂਟ ਅਤੇ ਸਬਸਕ੍ਰਾਈਬ ਕਰ ਦਿਓ, ਅਤੇ ਆਪਾਂ ਮਿਲਦੇ ਹਾਂ ਅਗਲੀ ਵਾਰ।